ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਫਿਲੌਰ ਇਲਾਕੇ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਵਿਅਕਤੀ ਨੇ ਫਿਲੌਰ ਦੇ ਅੰਬੇਡਕਰ ਚੌਂਕ ਵਿਖੇ ਥੁੱਕ ਲਗਾ ਕੇ 10 ਰੁਪਏ ਦੇ ਨੋਟ ਨੂੰ ਹੇਠਾਂ ਸੁੱਟ ਦਿੱਤਾ, ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਸਿਕਿਉਰਿਟੀ ਗਾਰਡ ਨੇ ਇਸ ਦੀ ਇਤਲਾਹ ਥਾਣਾ ਫਿਲੌਰ ਦੀ ਪੁਲਿਸ ਨੂੰ ਦਿੱਤੀ। ਨੋਟ ਜਿਹੜਾ ਤੁਸੀਂ ਦੇਖਿਆ ਸੀ ਕਿੰਨੇ ਕਿ ਵਜੇ ਦੀ ਗੱਲ ਹੈ ਜੀ? ਤਕਰੀਬਨ 10 ਵਜੇ ਦੀ ਗੱਲ ਹੈ ਜੀ। ਤੁਸੀਂ ਇਸ ਸੰਬੰਧੀ ਕੋਈ ਸੂਚਨਾ ਕੀਤਾ ਕਿਸੇ? ਹਾਂਜੀ, ਮੈਂ ਇੱਥੇ ਪੁਲਾਣੇ ਬੈਠੇ ਆਪਣੇ ਅਫਸਰ ਉਹਨਾਂ ਨੂੰ इस संबंधी सूचना मिलते सारी थाना फिलौर के पुलिस अधिकारियों ने उस व्यक्ति को काबू कर लिया। मौके पर पुलिस अधिकारियों ने दसिया कि उक्त व्यक्ति मानसिक तौर पर परेशान है ते किसी कारण घरों बाहर आ गया सी, जिस बाबत इस व्यक्ति की सेहत विभाग की टीम बुला के जांच करवाई जाएगी ते जेकर कोई गल सामने आई तो उस खिलाफ मामला दर्ज किया जाएगा। ਲੜਕਾ ਇਹ ਕਿਤੇ ਦਿਮਾਗੀ ਅਪਸੈਟ ਹੋਏ ਫਾਰਮ ਵਿੱਚ ਕੰਮ ਕਰਦੇ ਆ ਤੇ ਫੈਮਲੀ ਇਹ ਇਹਨਾਂ ਨੇ ਉਹਨੂੰ 5-6 ਦਿਨਾਂ ਦਾ ਅੰਦਰ ਤਾੜਿਆ ਸੀ, ਆ ਕੇ ਕਿਤੇ ਸਵੇਰੇ ਨਿਕਲਿਆ ਰੁਪਈਆ 4-5 ਹਜ਼ਾਰ ਜਿਹੜੇ ਕੋਲ ਹੈਗਾ ਇਹ 10 ਨੋਟ ਚੁੱਕਿਆ ਥੱਲੇ ਰੰਗ ਦੇ ਪਿਛਲੇ ਪੰਨੇ ਮੁੰਡੇ ਇੱਕ ਸਕਿਉਰਟੀ ਵਾਲੇ ਨੇ ਦੇਖ ਲਿਆ ਅਤੇ ਹੁਣ ਸਾਨੂੰ ਤਾਂ ਅਸੀਂ ਉੱਥੋਂ ਲਿਆ ਕੇ ਆਪਣੇ ਕੋਲ ਟਿਕਟ ਪਵਾ ਕੇ ਡਾਕਟਰਾਂ ਦੀ ਟੀਮ ਸੱਦ ਕੇ ਜਿਹੜਾ ਹੁਣ ਮੈਡੀਕਲ ਉਹ ਗੱਡੀ ਆ ਰਹੀ ਹੈ ਐਂਬੂਲੈਂਸ ਇਹਦਾ ਚੈੱਕਅਪ ਕਰਾਉਣੀ, ਜੇ ਕੋਈ ਗੱਲ ਪਾਏਗੀ जलंधर विखे रेफर कर दिया गया। चौक मुंडा लेके आया करके बंदा आया नोट छोड़ता उस टाइम प्रशासन दस के 108 कॉल करती है सब तो पहला देखन लई साडा YouTube चैनल लाइक करो अते सब्सक्राइब करना ना भुलना अते नाल ही दबाओ घंटी दा बटन।